ਨਗਰ ਨਿਗਮ ਕਰਮਚਾਰੀ ਏਕਤਾ ਸੰਗਠਨ ਇੰਟਕ ਵੱਲੋਂ ਆਪਣੀ ਯੂਨੀਅਨ ਦਾ ਨਵਾਂ ਦਫ਼ਤਰ ਨਗਰ ਨਿਗਮ ਰਣਜੀਤ ਐਵਨਿਊ ਵਿਖੇ ਖੋਲ੍ਹੇ ਜਾਣ ਦੇ ਸੰਬੰਧ ਵਿੱਚ ਰਮਾਇਣ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਅੰਮ੍ਰਿਤਸਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ, ਪੰਜਾਬ ਖਾਦੀ ਬੋਰਡ ਦੀ ਚੇਅਰਪਰਸਨ ਮਮਤਾ ਦੱਤਾ, ਜ਼ਿਲ੍ਹਾ ਕਾਂਗਰਸ ਦੀ ਸਾਬਕਾ ਪ੍ਰਧਾਨ ਜਤਿੰਦਰ ਸੋਨੀਆ, ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ, ਕੌਂਸਲਰ ਸੋਨੂੰ ਦੱਤਾ, ਸੰਜੀਵ ਟਾਂਗਰੀ, ਅਸ਼ਵਨੀ ਸ਼ਰਮਾ, ਐਂਥਨੀ ਪਹਿਲਵਾਨ, ਐਡੀਸ਼ਨਲ ਕਮਿਸ਼ਨਰ ਸੰਦੀਪ ਰਿਸ਼ੀ, ਬੰਟੀ ਪਹਿਲਵਾਨ, ਧੀਰਜ ਕਾਕੜੀਆ, ਸਟੇਟ ਆਫਿਸਰ ਸੁਸ਼ਾਂਤ ਪਾਟੀਆ, ਸੁਰਿੰਦਰ ਟੋਨਾ ਵੀ ਮੌਜੂਦ ਸਨ। ਇਸ ਮੌਕੇ ਸੁਰਿੰਦਰ ਸ਼ਰਮਾ ਸੋਨੂੰ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਵੱਡੀ ਗਿਣਤੀ ਵਿੱਚ ਯੂਨੀਅਨ ਦੇ ਮੈਂਬਰ ਮੌਜੂਦ ਸਨ।